ਕੇਸਰੀ ਵਿਰਾਸਤ ਸਮਰਪਿਤ ਹੈ ਉਹਨਾਂ ਲੋਕਾਂ ਨੂੰ ਜਿਹੜੇ ਸੇਵਾ ਨੂੰ ਹੀ ਆਪਣਾ ਧਰਮ ਸਮਝਦੇ ਨੇ। ਜੀ ਹਾਂ, ਇਹ ਜੋ ਗਲੀਆਂ 'ਚੋਂ ਚਿੱਕੜ ਚੁੱਕਿਆ ਜਾ ਰਿਹਾ ਹੈ, ਇਹ ਜੋ ਵਿਅਕਤੀ ਬਿਜਲੀ ਮੁਲਾਜ਼ਮ ਲੱਗਦਾ ਹੈ ਖੰਭੇ ਉੱਤੇ ਚੜ੍ਹ ਕੇ ਮੁਲਾਜ਼ਮਾਂ ਦੇ ਵਾਂਗ ਗਲੀਆਂ ਦੀਆਂ ਲਾਈਟਾਂ ਠੀਕ ਕਰਦਾ ਨਜ਼ਰ ਆਉਂਦਾ ਹੈ, ਇਹ ਵਿਅਕਤੀ ਜੋ ਕੋਰੋਨਾ ਵਾਇਰਸ ਫੈਲੇ ਹੋਣ ਦੇ ਦਿਨਾਂ ਦੌਰਾਨ ਇਹ ਗਲੀ ਗਲੀ ਘੁੰਮ ਰਹੇ ਟਰੈਕਟਰ, ਇਹਨਾਂ ਟਰੈਕਟਰਾਂ ਦੇ ਰਾਹੀਂ ਕੀਤਾ ਜਾ ਰਿਹਾ ਗਲੀਆਂ ਨੂੰ ਸੈਨੀਟਾਈਜ਼, ਜੋ ਇਹਨਾਂ ਦੇ ਪਿੱਛੇ ਹੈ। ਜੀ ਹਾਂ, ਇਹ ਜੋ ਦੇਖ ਰਹੇ ਨਾ ਫਾਇਰ ਬ੍ਰਿਗੇਡ ਦੀ ਗੱਡੀ, ਇਹ ਜੋ ਕਰ ਰਹੀ ਹੈ ਨਾ ਛਿੜਕਾਅ, ਇਹ ਪਾਣੀ ਦਾ ਨਹੀਂ, ਇਹ ਦਵਾਈ ਦਾ ਛਿੜਕਾਅ ਹੋ ਰਿਹਾ, ਸੈਨੀਟਾਈਜ਼ ਕੀਤਾ ਜਾ ਰਿਹਾ ਇਲਾਕੇ ਨੂੰ। ਇਹ ਵਿਅਕਤੀ ਅੱਜ ਉਹ ਦੇਖ ਰਹੇ ਹੋ ਨਾ, ਮਜ਼ਦੂਰਾਂ ਦੇ ਵਾਂਗ ਇਹ ਚੁੱਕ ਚੁੱਕ ਕੇ ਸਮਾਨ ਸੁੱਟ ਰਿਹਾ। ਜੀ ਹਾਂ, ਇਹ ਲੇਬਰ ਨਹੀਂ ਕਰ ਰਹੇ, ਇਹ ਸੇਵਾ ਕਰ ਰਹੇ ਨੇ, ਇਹ ਆਪਣੇ ਸਾਥੀਆਂ ਨਾਲ ਸੇਵਾ ਕਰਨ ਲੱਗਾ ਹੋਇਆ। ਇਹ ਹੈ ਤਾਂ ਟਰਾਂਸਪੋਰਟਰ, ਕਾਰੋਬਾਰੀ ਹੈ, ਪਰ ਹੈ ਜਨਤਾ ਦਾ ਸੇਵਾਦਾਰ। ਅੱਜ ਗੱਡੀਆਂ ਘੁੰਮ ਰਹੀਆਂ ਨੇ, ਇਹ ਆਮ ਨਹੀਂ, ਇਹ ਘਰ ਘਰ ਲੋਕਾਂ ਨੂੰ ਖਾਣਾ ਪਹੁੰਚਾਉਣ ਦਾ ਕੰਮ ਕਰ ਰਹੇ ਨੇ। ਜੀ ਹਾਂ, ਇਹ ਗੱਡੀਆਂ ਭਰ ਭਰ ਜਿਸਦੇ ਘਰ ਤੋਂ ਰਵਾਨਾ ਹੋ ਰਹੀਆਂ ਨੇ, ਇਹ ਉਸੇ ਉਸੇ ਸ਼ਖਸੀਅਤ ਦਾ ਘਰ ਹੈ। ਜੀ ਹਾਂ, ਬਿਲਕੁਲ, ਇੱਕ ਨਹੀਂ ਕਈ ਕਈ ਗੱਡੀਆਂ ਇਸਦੇ ਘਰ ਤੋਂ ਰੋਜ਼ਾਨਾ ਜਾਂਦੀਆਂ ਨੇ, ਔਰ ਇਹ ਖੁਦ ਵੀ ਸਾਥੀਆਂ ਦੇ ਨਾਲ ਗਲੀਆਂ 'ਚ ਜਾ ਕੇ ਇਹ ਜੋ ਲੰਗਰ ਦਾ ਵਿਤਰਨ ਹੈ, ਇਹ ਜੋ ਤਕਸੀਮ ਕੀਤਾ ਜਾ ਰਿਹਾ ਭੋਜਨ ਹੈ, ਉਸਦੀ ਨਿਗਰਾਨੀ ਹੀ ਨਹੀਂ ਕਰਦਾ, ਸੇਵਾ ਵਿੱਚ ਹੱਥ ਵੀ ਉਠਾਉਂਦਾ ਹੈ। ਜੀ ਹਾਂ, ਇਹ ਖੁਦ ਸਾਰੇ ਪ੍ਰਬੰਧਾਂ ਦੀ ਨਿਗਰਾਨੀ ਵੀ ਕਰਦਾ ਹੈ। ਜੀ, ਇਹ ਇਸੇ ਦਾ ਘਰ ਹੈ। ਇਹ ਹੈ ਕੁਲਦੀਪ ਸਿੰਘ ਲਵਾਣਾ, ਕੌਂਸਲਰ ਵਾਰਡ ਨੰਬਰ 5 ਜਲੰਧਰ। ਸ਼੍ਰੋਮਣੀ ਅਕਾਲੀ ਦਲ ਨੇ ਇਸ ਵਾਰ ਪਹਿਲੀ ਵਾਰ ਇਹਨਾਂ ਨੂੰ ਇਹਨਾਂ ਦੇ ਸੇਵਾ ਕਾਰਜ ਦੇਖਦੇ ਹੋਏ ਟਿਕਟ ਦਿੱਤੀ ਸੀ, ਅਤੇ ਇਹ ਕਾਂਗਰਸ ਦੀ ਹਨੇਰੀ ਵਿੱਚ ਇਸ ਵਾਰ 94 ਅਕਾਲੀ ਕੌਂਸਲਰ ਨੇ ਜਿਹਨਾਂ ਨੂੰ ਜਿੱਤੇ। ਜੀ ਹਾਂ, ਇਹ ਇਹਨਾਂ ਦਾ ਹੀ ਘਰ ਹੈ, ਅਤੇ ਇਹ ਕੋਈ ਕਰਿਆਨੇ ਦੀ ਦੁਕਾਨ ਨਹੀਂ, ਇਹ ਇਹਨਾਂ ਦਾ ਡਰਾਇੰਗ ਰੂਮ ਹੈ। ਜੀ ਹਾਂ, ਕੁਲਦੀਪ ਸਿੰਘ ਲਵਾਣਾ ਦਾ ਘਰ, ਔਰ ਇਹ ਦੇਖੋ ਇਹਨਾਂ ਦਾ ਬਾਹਰ ਬਰਾਂਡਾ, ਇਸ ਦੇ ਵਿੱਚ ਵੀ ਰਾਸ਼ਨ ਦਾ ਸਮਾਨ, ਘਰੇਲੂ ਰਾਸ਼ਨ, ਖਾਣ ਦਾ ਸਮਾਨ ਸਾਰਾ, ਅਤੇ ਇਹ ਸ਼ਾਮ ਦਾ ਵੇਲਾ ਹੈ, ਅਤੇ ਸਾਥੀ ਲੱਗੇ ਹੋਏ ਨੇ ਕੰਮ ਕਰਨ, ਅਤੇ ਇਹ ਕੁਲਦੀਪ ਸਿੰਘ ਲਵਾਣਾ ਜੀ ਨਿਗਰਾਨੀ ਕਰ ਰਹੇ ਨੇ ਤਾਂ ਕਿ ਸਵੇਰੇ ਲੋਕਾਂ ਨੂੰ ਭੋਜਨ ਸਮੇਂ ਸਿਰ ਤਿਆਰ ਕਰਕੇ ਪਹੁੰਚਾਇਆ ਜਾ ਸਕੇ। ਜੋ ਸੰਸਾਰ ਦੇ ਉੱਤੇ ਕਰੋਨਾ ਦੀ ਬਿਮਾਰੀ ਚੱਲੀ ਹੈ, ਉਸ ਨੂੰ ਦੇਖਦਿਆਂ ਹੋਇਆਂ ਦੇਸ਼ ਦੇ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ, ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ, ਔਰ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਇਹਨਾਂ ਦੇ ਹੁਕਮਾਂ ਅਨੁਸਾਰ ਅਸੀਂ ਹਰ ਰੋਜ਼ ਗੁਰੂ ਕੇ ਲੰਗਰ ਲਗਾਏ ਹਨ। 4 ਗੱਡੀਆਂ ਹਰ ਰੋਜ਼ ਮੈਂ ਇੱਥੋਂ ਰਵਾਨਾ ਕਰਨਾ ਜੀ, ਔਰ ਇੱਕ ਟਰਾਂਸਪੋਰਟ ਨਗਰ ਜਾਂਦੀ ਹੈ ਜੀ, ਕਦੀ ਸਰਾਭਾ ਨਗਰ ਜਾਂਦੀ ਹੈ, ਕਦੀ ਸੁੰਦਰ ਨਗਰ ਜਾਂਦੀਆਂ ਹਨ ਗੱਡੀਆਂ, ਕਦੀ ਨੂਰਪੁਰ ਕਲੋਨੀ ਜਾਂਦੀਆਂ ਹਨ, ਕਦੀ ਗੁਲਮਰਗ ਕਲੋਨੀ, ਕਦੀ 3 ਸਟਾਰ, ਕਦੀ ਸਟਾਰ ਪੈਰਾਡਾਈਜ, ਔਰ ਬਾਬਾ ਦੀਪ ਸਿੰਘ ਨਗਰ ਦੇ ਵਿੱਚ ਵੀ ਗੱਡੀਆਂ ਜਾਂਦੀਆਂ ਹਨ, ਔਰ ਬਚਿੰਤ ਨਗਰ ਵੀ ਗੱਡੀਆਂ ਜਾਂਦੀਆਂ ਹਨ।
ਜਿਹੜਾ ਜਿਹੜਾ ਮੇਰਾ ਏਰੀਆ ਹੈ ਵਾਰਡ ਨੰਬਰ 5 ਦੇ ਵਿੱਚ ਸਾਰੇ ਥਾਵਾਂ 'ਚ ਮੇਰੀਆਂ ਗੱਡੀਆਂ ਜਾਂਦੀਆਂ ਹਨ। ਔਰ ਜੇ ਇਸ ਤੋਂ ਬਾਅਦ ਜਦੋਂ ਕੋਈ ਆ ਜਾਂਦਾ ਹੈ ਵੀ ਮੇਰੇ ਘਰ ਰਸ਼ ਨਹੀਂ ਹੈ, ਮੈਂ ਉਹ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਹਦਾਇਤਾਂ ਅਨੁਸਾਰ ਮੈਂ ਉਹ ਵੀ ਉਹਨਾਂ ਨੂੰ ਜੋ ਮੇਰੇ ਕੋਲ ਪੁੱਜਦਾ ਹੈ ਉਹ ਵੀ ਉਹਨਾਂ ਨੂੰ ਸਮਾਨ ਅਸੀਂ ਦੇ ਕੇ ਤੋਰਨੇ ਹਾਂ। ਮੇਰੇ ਨਾਲ ਮੇਰੀ ਅਕਾਲੀ ਦਲ ਉਹ ਭਾਰਤੀ ਜਨਤਾ ਪਾਰਟੀ ਦੀ ਜਿੰਨੀ ਟੀਮ ਹੈ ਔਰ ਮਹੱਲਾ ਨਿਵਾਸੀਆਂ ਦੇ ਮੈਂ ਸਹਿਯੋਗ ਦੇ ਨਾਲ ਕਈਆਂ ਨੇ ਬਹੁਤ ਤਿਲ ਫੁੱਲ ਪਾਇਆ ਹੈ। ਜਿਵੇਂ ਕਿਸੇ ਨੇ ਜੋ ਵੀ ਤਿਲ ਫੁੱਲ ਪਾਇਆ ਹੈ ਅਸੀਂ ਉਹਦਾ ਵਿੱਚ ਗੁਰੂ ਮਹਾਰਾਜ ਅੱਗੇ ਅਰਦਾਸ ਬੇਨਤੀ ਕੀਤੀ ਹੈ, ਸੱਚੇ ਪਾਤਸ਼ਾਹ ਜੀ ਇਹ ਕਰੋਨਾ ਦੀ ਬਿਮਾਰੀ ਨੂੰ ਤੁਸੀਂ ਕਿਰਪਾ ਕਰਕੇ ਜੜੂ ਜਿਹੜੀ ਜੜ ਹੈ ਉਹ ਖਤਮ ਕਰ ਦਿਓ ਅਤੇ ਪੂਰੇ ਸੰਸਾਰ ਦੇ ਵਿੱਚ ਸੁੱਖ ਵਰਤਾਓ, ਭਾਰਤ ਦੇ ਵਿੱਚ ਸੁੱਖ ਵਰਤਾਓ ਔਰ ਪੰਜਾਬ ਦੇ ਵਿੱਚ, ਜਲੰਧਰ ਦੇ ਵਿੱਚ, ਮੇਰੇ ਮਹੱਲੇ ਦੇ ਵਿੱਚ, ਸਾਰਿਆਂ ਦੇ ਵਿੱਚ ਸੁੱਖ ਵਰਤਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।